ਵੀਡੀਓ ਦੇਖ ਰਹੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮਿਸਤਰੀ ਮਹਿਤਲ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਗੋਪੀ ਦੰਦੀਵਾਲ ਸਰਪੰਚ ਬਠਿੰਡੇ ਤੋਂ ਆਪਣੇ ਕੋਲ ਬਾਈ ਆਏ ਆ ਕੰਮ ਕਰਾਉਣ, ਸਾਡੇ ਮਾਮਾ ਇਹ ਦੇ ਮੁੰਡੇ ਆ। ਅਤੇ ਮੂਹਰੇ ਖੰਡੇ ਲਵਾਤੇ ਅਤੇ ਆਹ ਕਾਲ ਭੂਤ ਜੇ ਲਵਾਤੇ ਅਤੇ ਬੈਂਪਰ ਰੰਗ ਕੀਤਾ ਅਤੇ ਆਹ ਲਾਈਟਾਂ ਨਵੀਆਂ ਲਾ ਦਿੱਤੀਆਂ। ਅਤੇ ਇਹਦੇ ਪਹਿਲਾਂ ਇਹ 2002 ਮਾਡਲ ਆ, ਇਹ ਜਿਵੇਂ ਪਤਲੀਆਂ ਲਾਈਟਾਂ ਹੋਣਗੀਆਂ ਜਿਵੇਂ ਫੋੜਦੇ ਹੁੰਦੀਆਂ, ਇਹਦੇ ਕਾਲੀਆਂ ਹੋਣਗੀਆਂ ਫੋੜ ਵਾਲੀਆਂ ਲਾਈਟਾਂ। ਅਤੇ ਆਪਾਂ ਜੇ ਚਾਨਣ ਮੰਨ ਲਓ ਵੀ ਬੰਦੇ ਨੇ ਚਾਨਣ ਲੈਣਾ ਨਾ, ਤਾਂ ਚਾਨਣ ਦਾ ਆਹੀ ਲਾਈਟਾਂ ਦਿੰਦੀਆਂ ਹੋਈਆਂ ਜਿਹੜੀਆਂ ਆ ਗਈਆਂ, ਜਿਵੇਂ ਆਹ ਫੋੜ ਦੇ ਲੱਗੀਆਂ ਦੇਖੋ, ਰਾਜਸਥਾਨ ਵਾਲੇ ਫੋੜ ਦੇ ਵੀ ਇਹੀ ਲੱਗੀਆਂ ਅਤੇ ਆਪਾਂ ਇਹਦੇ ਇਹ ਲਾਈਆਂ। ਅਤੇ ਇੱਕ ਆਹ ਤਾਹਾਂ ਸ਼ੋਅ ਜੀ ਸੀਗੀ, ਇਹ ਬਾਹਲੀ ਡੱਬ ਖੜੱਬੀ ਹੋਈ ਪਈ, ਜਿਵੇਂ ਕਾਂਵਾਂ ਨੇ ਪਿੜ ਪੱਟਿਆ ਹੁੰਦਾ ਐਂ ਸੀਗੀ ਇਹ। ਅਤੇ ਇਹਦੇ ਰੰਗ ਮਾਰਿਆ ਨਾਲ ਥੋੜ੍ਹਾ ਜਿਹਾ ਬਚਿਆ ਸੀ ਅਤੇ ਆਹ ਬੈਟਰੀ ਬੋਕਸ 'ਤੇ ਮਾਰਤਾ। ਅਤੇ ਆਹ ਪੁਰਾਣੇ ਮਾਡਲਾਂ ਦੇ ਨਾ, ਆਹ ਜਿਹੜੀ ਫਿਲਟਰ ਬਾਡੀ ਆ ਇਹ ਇੱਥੇ ਅਸੀਂ ਆਈ ਆ ਫੋਰਡ ਵਾਂਗੂ। ਅਤੇ ਜਦੋਂ ਇਹਨਾਂ ਨੇ ਬਾਈਆਂ ਨੇ ਇੰਜਣ ਕਰਵਾਇਆ ਤਾਂ ਇਹ ਕਹਿੰਦੇ ਵੀ ਆਪਾਂ ਏਅਰ ਵਾਟਰ ਸਪਰੇਟਰ ਲਾਉਣਾ, ਅਤੇ ਆਪਾਂ ਵਾਟਰ ਸਪਰੇਟਰ ਇੱਥੇ ਲਾਉਣੇ ਹੁੰਦੇ ਹਾਂ। ਅਤੇ ਆਪਾਂ ਫਿਰ ਨਵੇਂ ਮਾਡਲ ਨੂੰ ਵੀ ਮੰਨ ਲਾ ਲਵਾਇਆ ਤਾਂ ਬਾਈਆਂ ਨੇ ਕਿਤੋਂ ਹੋਰ ਆ ਇਹ, ਅਤੇ ਆਹ ਪਾਈਪਾਂ ਪੂਪਾਂ ਦੀ ਫਿਟਿੰਗ ਜਿਹੜੀ ਆ ਇਹ ਆਪਾਂ ਕੀਤੀ ਹੈਗੀ, ਆਹ ਪਾਈਪਾਂ ਬਣਾ ਕੇ ਲਾਈਆਂ ਡਾਈ ਨਾਲ। ਪਹਿਲਾਂ ਇਹ ਉਹੀ ਇਹਦੇ ਜਗਾੜ ਜਿਹਾ ਕਰ ਰੱਖਿਆ ਸੀਗਾ ਬਾਈਆਂ ਦਾ, ਯਾਰ ਇਹ ਸਿਗਲ ਜੀ ਦਿੰਦੀਆਂ ਰਹਿੰਦੀਆਂ ਅਤੇ ਡਿਪਟੀ ਬਾਸ਼ ਨਾਲ ਪਾਈਆਂ ਇਹਦੇ, ਜਿਹੜੀ 5 ਰੁਪਈਆਂ ਦੀ ਬਾਸ਼ ਲਾਉਂਦੀ ਉਹ ਪਾਈ। ਅਤੇ ਆਹ ਸਟਿੱਕਰ ਲਾਤੇ ਨਵੇਂ ਦੰਦੀਵਾਲ ਫਾਰਮ ਲਿਖਤਾ, ਆਹ ਦੇਖੋ ਹਾਂ ਆਹ ਜਾਲੀ ਜੀ 'ਤੇ ਰੰਗ ਮਾਰਤਾ। ਅਤੇ ਹੋਰ ਵੀ ਨਿੱਕੇ ਮੋਟੇ ਜੇ ਕੰਮ ਹੋਇਆ, ਅਤੇ ਸਪੈਸ਼ਲ ਇਹਦੀ ਬ੍ਰੇਕ ਜੋਬ ਹੋਈ ਆ, ਇੰਡੀਕੇਟਰ ਲਾਤੇ ਆਹ ਅਮਨਦੀਪ ਨੇ ਇੰਡੀਕੇਟਰ ਲਾਤੇ। ਅਤੇ ਬਾਕੀ ਆਹ ਸੋਚੇ ਦੀ ਮਿਲੀ ਨਹੀਂ, ਆਹ ਇਹਨਾਂ ਦੇ ਇਹਦੇ ਵਿੱਚ ਬੱਤੀ ਆਉਂਦੀ ਆ, ਇਹਨਾਂ ਦੇ ਡੰਡੀ ਲੱਗੀ ਆਈ ਹੈਗੀ ਆ ਦੇਖੋ, ਆਹ ਡੰਡੀ ਦੇ ਵਿੱਚੋਂ ਆਹ ਡੰਡੀ ਤੋਂ ਇੱਧਰਲੀ, ਉਹ ਤੋਂ ਇੱਧਰਲੀ, ਅਤੇ ਜਿਹੜੀਆਂ ਆਪਣੀਆਂ ਉੱਚੀਆਂ ਨਹੀਂ ਮੈਂ ਹਾਈ ਲੋ ਲਾਈਟਾਂ ਹੁੰਦੀਆਂ ਉਹ ਇਹਦੇ ਤੋਂ ਹੁੰਦੀਆਂ, ਅਤੇ ਤੋਂ ਹਾਰਨ ਵੱਜਦਾ, ਇਹ ਮਾਡਲਾਂ ਦੇ ਇਹ ਆਈ ਹੈਗੀ। ਅਤੇ ਜਿਹੜੇ ਉਦੋਂ ਬਾਅਦ ਮਾਡਲ ਆਏ ਆ ਉਹਨਾਂ ਦੇ ਚਾਰੇ ਇੰਡੀਕੇਟਰ ਵਾਲੀ ਇਕੱਠੀ ਸੁੱਚ ਆਹ ਆਈ ਆ, ਅਤੇ ਇਹਦੂ ਬਾਅਦ ਅੱਡੋ ਅੱਡ ਇੰਡੀਕੇਟਰ ਚੱਲਦੇ ਜਿਹੜੇ ਉਹਦੇ ਇੱਥੇ ਦੂਜੀ ਸੁੱਚ ਲਾਈ ਆ, ਟੂਬ ਏ ਜਿਹੜੀ। ਅਤੇ ਇਹਨਾਂ ਦੇ ਕੀ ਆਇਆ ਸੀ, ਇਹਨਾਂ ਦੇ ਆਇਆ ਸੀਗਾ ਵੀ ਇੱਥੇ ਜਿਵੇਂ ਹਾਈ ਬੀਮ ਦੀ ਬੱਤੀ ਜਗਦੀ ਆ ਸੈਨ, ਅਤੇ ਇਹਦੇ ਵਿੱਚ ਇੰਡੀਕੇਟਰ ਵਾਲੀ ਇਹ ਚੱਲਦੀ, ਇਹ ਹੁਣ ਮਿਲੀ ਨਹੀਂ, ਜੇ ਕਿਤੋਂ ਮਿਲਦੀ ਆ ਤਾਂ ਕਮੈਂਟ ਕਰਕੇ ਦੱਸ ਦਿਓ ਵੀ ਮਿਲਦੀ ਆ, ਅਤੇ ਆਪਾਂ ਲੈ ਜਾਵਾਂਗੇ ਆ ਕੇ। ਅਤੇ ਬਾਕੀ ਦੀ ਬ੍ਰੇਕ ਜੋਬ ਹੋਈ ਆ, ਅਤੇ ਬ੍ਰੇਕ ਜੋਬ ਨਾ ਜਿਹੜੇ ਬੰਦੇ ਫਾਰਮ ਟਰੈਕ ਦਾ ਕੰਮ ਕਰਾਉਣ ਆਉਂਦੇ ਆ ਬ੍ਰੇਕਾਂ ਦਾ ਸਪੈਸ਼ਲ, ਅਤੇ ਉਹ ਬਾਈਆਂ ਨੂੰ ਬੇਨਤੀ ਆ ਵੀ ਬਾਈ ਥੋੜ੍ਹਾ ਜਿਹਾ ਨਾ, ਮਤਲਬ ਵੀ ਜਿਵੇਂ ਆਪਾਂ ਕਹਿ ਦਈਏ ਵੀ ਯਾਰ ਵੀ ਤਕੜਾ ਜਿਹਾ ਦਿਲ ਕਰਕੇ ਆਇਆ ਕਰੋ, ਕਿਉਂਕਿ ਇਹਨਾਂ ਦੇ ਬ੍ਰੇਕ ਨਾ ਜਦੋਂ ਮੰਨ ਲਓ ਆਪਾਂ ਕਰਦੇ ਹਾਂ ਉਦੋਂ ਮੰਨ ਲਓ ਐਂ ਲੱਗਦਾ ਵੀ ਯਾਰ ਪੈਡਲ ਟਾਇਟ ਆ, ਬ੍ਰੇਕ ਲੱਗਦੇ ਬਹੁਤ ਆ, ਪੈਡਲ ਟਾਇਟ ਆ, ਅਤੇ ਜਾਂ ਮੰਨ ਲਓ ਵੀ ਮਾੜੇ ਜਿਹੇ ਘੱਟ ਲੱਗਦੇ ਆ ਬ੍ਰੇਕ, ਜਿਵੇਂ ਫੋੜ ਘੜੀਸਾ ਮਾਰਦਾ ਇਹ ਉਵੇਂ ਘੜੀਸਾ ਨਹੀਂ ਮਾਰਦੇ, ਵੀ ਮੰਨ ਲਓ ਮਾਰਦੇ ਵੀ ਆ ਪਰ ਉਨੀਆਂ ਨਹੀਂ ਮਾਰਦੇ ਜਿੰਨਾ ਹੀ ਫੋੜ ਮਾਰਦਾ। ਅਤੇ ਇਹ 15-20 ਦਿਨਾਂ ਬਾਅਦ ਮੰਨ ਲਓ ਵੀ ਇਹਨਾਂ ਦੀ ਪਿੱਚ ਬੈਠਦੀ ਆ ਜਦੋਂ, ਉਦੋਂ ਇਹ ਲੱਗਣ ਲੱਗਦੇ ਆ, ਅਤੇ ਕਈ ਬੰਦੇ ਯਾਰ ਇੱਥੇ ਸਾਡੇ ਕੋਲ ਆਉਂਦੇ ਹੈਗੇ, ਕਈ ਕਹਿੰਦੇ ਯਾਰ ਨਹੀਂ ਯਾਰ ਸਾਨੂੰ ਤਾਂ ਫੋੜ ਵਾਂਗੂ ਘੜੀਸਾ ਮਾਰ ਕੇ ਦਿਖਾਓ, ਵੀ ਉਹ ਬਾਈ ਨਹੀਂ ਮਾਰਦੇ, ਇਹਨਾਂ ਦੀ ਇੰਨੀ ਕੁ ਗਰੰਟੀ ਦਿੰਦੇ ਹਾਂ ਵੀ ਆਪਾਂ 20-25 ਦਿਨਾਂ ਦੇ ਵਿੱਚ ਜਿਵੇਂ ਜਿਵੇਂ ਟਰੈਕਟਰ ਚੱਲਦਾ ਉਵੇਂ ਉਵੇਂ ਬ੍ਰੇਕ ਲੱਗਣ ਲੱਗ ਜਾਂਦੇ ਆ, ਅਤੇ ਜੇ ਨਹੀਂ ਲੱਗਦੇ ਤਾਂ ਆਪਾਂ ਪਿੰਡ ਜਾ ਕੇ ਕਰਕੇ ਆਉਂਦੇ ਹਾਂ, ਹੋਰ ਟਰੈਕਟਰ ਦੇ ਆਪਾਂ ਕਿਸੇ ਦੇ ਵੀ ਪਿੰਡ ਜਾ ਕੇ ਨਹੀਂ ਕਰਦੇ, ਪਰ ਇਹਨਾਂ ਦੇ ਫਾਰਮ ਟਰੈਕ ਦੇ, ਕਿਉਂਕਿ ਵੀ ਬਾਈਆਂ ਨੂੰ ਐਂ ਹੁੰਦਾ ਯਾਰ ਵੀ ਯਾਰ ਰੁਪਈਆ ਵੀ ਆਪਣੇ ਤੋਂ 7000 ਲੈ ਲਿਆ, ਅਤੇ ਯਾਰ ਬ੍ਰੇਕ ਵੀ ਨਹੀਂ ਲੱਗਦੇ, ਵੀ ਘੱਟ ਲੱਗਦੇ ਆ, ਜਿਵੇਂ ਫੋੜ ਦੇ ਲੱਗਦੇ ਆ ਉਵੇਂ ਨਹੀਂ ਲੱਗਦੇ। ਅਤੇ ਸੋ ਬਾਈ ਆਪਣਾ ਤਾਂ ਸਾਫ਼ ਸੁਥਰਾ ਜਿਹਾ ਕੰਮ ਆ, ਟੈਂਸ਼ਨ ਨਾ ਲਿਆ ਕਰੋ, ਬਸ ਕੋਈ ਨਹੀਂ, ਅਤੇ ਸਾਫ਼ ਸੁਥਰਾ ਜਿਹਾ ਕੰਮ, ਆਪਾਂ ਕੋਈ ਠੱਗਾ ਬੱਗੀ ਨਹੀਂ ਕਿਸੇ ਨਾਲ ਕਰਨੀ। ਅਤੇ ਆਹ ਟਰੈਕਟਰ ਆਇਆ ਗਾ ਰਾਜਸਥਾਨ ਤੋਂ, ਇਹਦੀ ਵੀ ਆਪਾਂ ਵੀਡੀਓ ਪਾਵਾਂਗੇ। ਅਤੇ ਆਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਨੀ ਨਾ ਭੁੱਲਿਓ, ਅਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ।
ਅਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਅਤੇ ਬੰਦਾ ਥੋੜ੍ਹਾ ਜਿਹਾ ਸੰਗਦਾ ਹੈਗਾ, ਇਹ ਕਹਿੰਦਾ ਯਾਰ ਮੇਰੀ ਯਾਰ ਕਹਿੰਦਾ ਤੂੰ ਫੋਟੋ ਨਾ ਲੈ ਕੇ ਆਈ ਯਾਰ ਵਿੱਚਾਂ ਦਾ। ਅਤੇ ਚਲੋ ਠੀਕ ਆ ਬਾਈ, ਮਿਸਤਰੀ ਮਿੱਤਲ ਵੱਲੋਂ ਇੱਕ ਵਾਰੀ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ, ਅਤੇ ਵੀਡੀਓ ਦੇਖਦੇ ਰਿਹਾ ਕਰੋ, ਮਿਹਰਬਾਨੀ।